ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕਿਵੇਂ ਤੁਸੀਂ ਸਾਰੇ? ਉਮੀਦ ਹੈ ਸਾਰੇ ਜਣੇ ਬਹੁਤ ਵਧੀਆ ਹੋਵੋਗੇ। ਅਤੇ ਕੱਲ੍ਹ ਆਪਾਂ ਕਰਾਉਣਾ ਆ ਜੀ ਪਾਠ ਵਰੀਣਾ। ਅਤੇ ਹੁਣ ਸਾਰੇ ਜਣੇ ਕੰਮ ਲੱਗੇ ਹੋਏ, ਆਂਟੀ ਹੁਣੀ ਵੀ ਆ ਗਏ ਆ ਕੱਲ੍ਹ ਦੇ। ਚਲੋ ਦਿਖਾਉਂਦੀ ਹਾਂ ਤੁਹਾਨੂੰ ਸਾਰਿਆਂ ਨੂੰ ਸਾਰਾ ਕੁਛ। ਉਹ ਜੀ ਕੱਪੜੇ ਜਿਹੜੇ ਥੋੜ੍ਹੇ ਬਹੁਤੇ ਰਹਿ ਗਏ ਸੀਗੇ ਉਹ ਵੀ ਉਹ ਧੋਤੇ ਗਏ, ਬਸ ਆ ਸੋਫੇ ਰਹਿ ਗਏ ਹੁਣ ਅੰਦਰ ਸੈੱਟ ਕਰਨ ਵਾਲੇ। ਅਤੇ ਕੱਪੜੇ ਵੀ ਜਿਹੜੇ ਆ ਉਹ ਪੈਕ ਕਰ ਲਏ ਆ ਜਾਣ ਵਾਲੇ। ਦੇਖੋ ਜੇ ਸਾਰੇ ਕੱਪੜੇ ਪੈਕ ਕਰਕੇ ਰੱਖੇ ਹੋਏ ਜਿਹੜੇ ਨਾਲ ਖੜਨੇ ਆ, ਕਿਉਂਕਿ ਫਿਰ ਜਾਣ ਲੱਗਿਆਂ ਔਖਾ ਹੁੰਦਾ ਵਾ। ਬਾਕੀ ਸੈਟਿੰਗ ਹੋ ਗਈ ਆ, ਕੱਲ੍ਹ ਪਾਠ ਕਰਾਵਾਂਗੇ। ਹਾਂਜੀ ਡੈਡੀ ਜੀ, ਬੜਾ ਪਸੀਨਾ ਆਇਆ, ਕਿਤੇ ਨਹਾ ਕੇ ਫਿਰ ਪਸੀਨਾ ਆ ਗਿਆ। ਉਹ ਲੱਭਣ ਨਹੀਂ ਡੇ, ਤੇ ਹੁਣ ਚਾਚਾ ਕੋਲ ਖਾ ਲਓ ਫਿਰ, ਐਵੇਂ ਲੱਭ ਲੱਭ ਟਾਈਮ ਵੇਸਟ ਕਰਨ ਡੇ। ਠੀਕ ਹੈ, ਅੱਜ ਆਂਟੀ ਸਾਡੇ ਤੇ ਉਹ ਕਰ ਲਓ, ਆ ਕਰ ਲਓ, ਅੱਗੇ ਇੱਕ ਡੈਡੀ ਘੱਟ ਸੀ। ਅੱਗੇ ਇੱਕ ਡੈਡੀ, ਹੁਣ ਦੋ ਹੋ ਗਏ ਕੱਲ ਦੇ, ਡੰਡਾ ਚਾੜਿਆ, ਉਹੀ ਤੇ ਗੱਲ ਆ, ਤਾਂ ਹੀ ਕੰਮ ਨਿਬੜਿਆ ਜੇ, ਨਹੀਂ ਤੇ ਨਿਬੜਨਾ ਨੀ ਸੀ ਅੱਜ, ਬੜਾ ਕੰਮ ਸੀ। ਉਹ ਵੇਖੋ ਪਲੇਟ ਹੀ, ਫੋਨ ਵੇਖ ਟੂਟੀ ਇੱਕ ਤੇ ਇਹਦੀ ਨਹੀਂ ਨਿਕਲਦੀ। ਐਵੇਂ ਹੀ ਕਹਿਤਾ ਉਹਨੇ, ਨੀਂਦ ਆਈ ਆ ਤੇ ਆਂਟੀ ਸੌਣ ਨਹੀਂ ਡੇ, ਕਿਉਂ ਵੀ ਇਹ ਪੈਰਾਂ ਦੇ ਅੱਡੂ ਬੈਠੇ ਆ। ਅੱਛਾ, ਅੱਜ ਤਿੰਨੇ ਜਾਣੀਆਂ ਇਕੱਠੀਆਂ ਆਏ ਹੋਏ ਆਪਣੇ ਪੁਰਾਣੇ ਘਰ 'ਚ, ਹੈਨਾ? ਇੱਥੇ ਹੁੰਦੇ ਸੀ ਨਾ ਇਕੱਠੇ ਸਾਰੇ, ਯਾਦ? ਸਹੀ ਗੱਲ, ਆਓਗੇ ਮੀਟਿੰਗ ਆਉਂਦੀ, ਆਓ ਫੜੀ ਫੜੀ ਆਓਗੇ ਜਸਮੀਤ, ਇਹਦਾ ਤੇ ਕੰਮ ਮਿੱਟੀ ਦਾ, ਖਲੋ ਜਾ ਜ਼ਰਾ। ਕਹਿੰਦੇ ਕਮੈਂਟ ਵੀ ਕੀਤਾ ਵੀ ਜਿੱਥੇ ਮਿੱਟੀ ਖਾਂਦੀ ਹੈ ਨਾ ਉੱਥੇ ਮਿਰਚਾਂ ਲਾਲ ਜਿਹੜੀਆਂ ਵਾ ਉਹ ਕਰਕੇ ਸੁੱਟ ਦਿਉ, ਅਤੇ ਉੱਥੋਂ ਮਿੱਟੀ ਨਾ ਖਾਂਦੀ। ਮੈਂ ਕਿਹਾ ਇੱਕ ਜਗ੍ਹਾ ਤੋਂ ਖਾਂਦੀ ਹੋਏ ਬੰਦਾ ਉੱਥੇ ਇੱਦਾਂ ਕਰਦੇ, ਹਰ ਜਗ੍ਹਾ ਤੋਂ ਤਾਂ ਮਿੱਟੀ ਖਾਂਦੀ ਹੈ। ਮਿਰਚਾਂ ਹੀ ਮਿਰਚਾਂ ਪਾਤੀਆਂ ਸੀ, ਤੂੰ ਰੁਕ ਜਾ, ਪਾਤੀਆਂ ਛੱਡ, ਮਿੱਟੀ ਛੱਡ, ਆਪੇ ਲੱਗਣ ਗਿਆ ਛੱਡ। ਰਾਜਾ ਬਣਾਉਂਦਾ ਹੁੰਦਾ ਮਿੱਟੀ ਦੇ ਗਲਾਸ ਗੰਦੀਆਂ ਜਿਹੀਆਂ, ਰਾਜੇ ਨੇ ਗਲਾਸ ਬਣਾਉਣੇ ਤੇ ਉਹਦੇ ਭਾਣ ਨੇ ਪੈਰ ਮਾਰ ਕੇ ਢਾ ਦਿੰਦੇ। ਨੀ ਮੈਂ ਤੇ ਉਹਨੂੰ ਸੱਦਣ ਵਾਸਤੇ ਕਹਿਣ ਡੀ, ਤੇ ਉਹਨੂੰ ਸੱਦਣ ਵਾਸਤੇ ਕਹਿਣ ਡੀ ਹਾਂ। ਮਿੱਟੀ ਖਾਣ ਤੇ ਹੋਈ ਹੈ, ਇੱਧਰ ਦੀ ਮਿੱਟੀ ਹੋ ਰਹੀ, ਉੱਧਰ ਦੀ ਹੋ ਰਹੀ। ਉੱਧਰ ਵੀ ਥੋੜੀ ਖਾਧੀ ਰੇਤ, ਉੱਧਰ ਤੇ ਮੇਰੀ ਰੇਤ, ਰੇਤ ਮੇਰੀ।